ਗੋਭੀ 8 ਕੁਇੰਟਲ ਹੈ, 5-6 ਰੁਪਏ ਕਿਲੋ ਮਸਾਂ ਵਿਕਣੀ ਹੈ। 500 ਰੁਪਇਆ ਸਾਡਾ ਖਰਚਾ ਦਿਹਾੜੀ ਕਿੰਨੇ ਲਾਏ ਆ? ਮੈਂ ਅਸੀਂ 5 ਦਿਹਾੜੀ ਲਾਏ ਆ, 300 ਰੁਪਏ ਦਿਹਾੜੀ ਹੈ ਮੇਰੀ। ਪੱਲਿਓ ਪੈਸੇ ਪਾ ਕੇ ਆ ਕੰਮ ਕਰ ਰਹੇ ਹੋ ਤੇ ਘਰ ਲਈ ਕਿੰਨਾ ਕੁ ਗੁਜ਼ਾਰਾ ਕਿਵੇਂ ਹੋ ਰਿਹਾ? ਅਮੀਰ ਦੇ ਵਿੱਚ ਹੁਣ ਮਰੇ ਪਏ ਆ, ਹੁਣ 3-3 ਦਿਹਾੜੀ ਲੈ ਗਏ ਆ, 2 ਬੋਤਲਾਂ ਦਾਰੂ ਦੀਆਂ ਪਲਾਤੀਆਂ ਉਹਨਾਂ ਨੂੰ। ਬਰਫ਼ ਪਈ ਹੈ, ਗੜੇ ਪਏ, ਉਹ ਸਾਰੇ ਮਟਰ ਮੇਰੇ ਲੱਗੇ ਆ ਤੇ ਮਟਰ ਸਾਰੇ ਮਰ ਗਏ ਆ, ਉਹ ਜ਼ਿੰਮੇਵਾਰ ਕਿੱਥੇ ਜਾਊਗਾ? ਕੁੜੀਆਂ ਵੀ ਨੇ ਤੁਹਾਡੀਆਂ? ਹਾਂਜੀ, ਕੁੜੀਆਂ 3 ਸੀਗੀਆਂ ਵਿਆਹਤੀਆਂ। ਵਿਆਹ ਕਿਵੇਂ ਕੀਤੇ? ਕਰਜ਼ਾ ਚੁੱਕੇ ਆ? ਕਰਜ਼ਾ ਚੱਕ ਕੇ ਕਰਨਾ ਸੀ, ਉੱਥੋਂ ਲਿਆ, ਬੈਂਕ ਤੋਂ ਲਿਆਂਦਾ, ਕਿੱਥੋਂ ਲਿਆਂਦੇ ਕਿ ਭਰਾ ਤੋਂ ਮੰਗ ਲਏ, 500 ਮੰਗ ਲਿਆ, 1000 ਮੰਗ ਲਿਆ, ਐਂ ਟਾਈਮ ਸਾਰਦੇ, ਹੋਰ ਕੀ ਆ। ਤੇ ਜੇ ਪੱਲਿਓਂ ਪੈਸੇ ਪਾ ਕੇ ਰੋਜ਼ ਦਾ ਕੰਮ ਇੱਦਾਂ ਗੱਡੀ ਚਲਾ ਰਹੇ ਹੋ ਤੇ ਫਿਰ ਕਰਜ਼ਾ ਉਤਾਰੋਗੇ ਕਿਵੇਂ? ਵੇ ਹੁਣ ਕਿਵੇਂ ਉਤਾਰੀਏ ਜੀ? ਹੁਣ ਹੋਰ ਕੰਮ ਚਲਾ ਨਹੀਂ ਸਕਦੇ, ਹੁਣ ਕੀ ਕਰਦੇ ਹੋ? ਦਿਹਾੜੀ ਜਾਂਦੇ ਤਾਂ ਮਰਦੇ ਹਾਂ। ਜਿੱਥੇ ਮੁਲਕ ਤਰੱਕੀ ਦੀਆਂ ਗੱਲਾਂ ਕਰ ਰਿਹਾ ਹੈ, ਐਡਵਾਂਸਮੈਂਟ ਇੰਨੀ ਹੋ ਰਹੀ ਹੈ, ਟੈਕਨੋਲੋਜੀ ਇੰਨੀ ਐਡਵਾਂਸ ਹੁੰਦੀ ਜਾ ਰਹੀ ਹੈ, ਉੱਥੇ ਹੀ ਸਾਡੇ ਦੇਸ਼ ਦੇ ਅੰਨਦਾਤਾ, ਸਾਡੇ ਦੇਸ਼ ਦੇ ਕਿਸਾਨ ਦਾ ਕੀ ਹਾਲ ਹੈ, ਇਹ ਕਿਸਾਨ ਦੀ ਜ਼ੁਬਾਨੀ ਸੁਣਾਂਗੇ। ਮੇਰੇ ਪਿੱਛੇ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ, ਇਹ ਗੋਭੀ ਦੀ ਟਰਾਲੀ ਹੈ, ਇਹ ਮੰਡੀ ਲੈ ਕੇ ਜਾ ਰਿਹਾ ਕਿਸਾਨ। ਅਤੇ ਹੁਣ ਜਾਣ ਲੈਂਦੇ ਹਾਂ ਕਿੰਨੀ ਗੋਭੀ ਹੈ ਤੁਹਾਡੇ ਪਿੱਛੇ? ਗੋਭੀ 8 ਕੁਇੰਟਲ ਹੈ ਜੀ, ਇਹ ਗੋਭੀ 8 ਕੁਇੰਟਲ ਹੈ, 5-6 ਰੁਪਏ ਕਿਲੋ ਮਸਾਂ ਵਿਕਣੀ ਹੈ, ਅਤੇ 500 ਰੁਪਇਆ ਸਾਡਾ ਖਰਚਾ ਦਿਹਾੜੀ ਕਿੰਨੇ ਲਾਏ ਆ? ਮੈਂ ਅਸੀਂ 5 ਦਿਹਾੜੀ ਲਾਏ ਆ, 300 ਰੁਪਏ ਦਿਹਾੜੀ ਹੈ ਮੇਰੀ ਲੇਬਰ ਦੀ। ਕਿੰਨਾ ਖਰਚਾ ਪੈ ਗਿਆ? 40,000 ਠੇਕਾ ਜ਼ਮੀਨ ਦਾ, ਅਤੇ ਬਾਕੀ ਟਰੈਕਟਰ ਦਾ ਖਰਚਾ ਕਿੰਨਾ, ਬਾਕੀ ਆਪ ਮਰਦੇ ਉਹ ਵੱਖਰੇ। ਪੱਲਿਓਂ ਪੈਂਦੇ ਆ, ਇਹ ਟਰਾਲੀ ਦੇ ਵਿੱਚ ਮੈਨੂੰ 2000 ਘਾਟਾ ਪਊਗਾ। ਉਪਰੋਂ ਬਰਸਾਤ ਦਾ ਮੌਸਮ ਹੈ, ਗੋਭੀ ਵੀ ਮੈਨੂੰ ਲੱਗਦਾ ਕੋਈ ਸੋਚ ਕੇ ਹੀ ਖਰੀਦੇਗਾ। ਸੋਚ ਕੇ ਖਰੀਦੇਗਾ, 2000 ਮੈਨੂੰ ਘਾਟਾ ਪਊਗਾ ਇਹ 'ਚੋਂ, ਜਿੱਥੋਂ ਮੈਂ ਲੈ ਕੇ ਜਾ ਰਿਹਾ 2000 ਘਾਟਾ ਪਊਗਾ, ਪੱਲਿਓਂ ਬਹਿਣਗੇ ਜ਼ਿਮੀਦਾਰ ਦੇ। ਇਹ ਕਿਸਾਨ ਦੀ ਹਾਲਤ ਵੱਧ ਤੋਂ ਬਦਤਰ ਹੀ ਹੁੰਦੀ ਜਾ ਰਹੀ ਹੈ, ਕਦੋਂ ਸੁਧਾਰ ਆਏਗਾ? ਕੀ ਲੱਗਦਾ ਸਰਕਾਰ ਗੱਲਾਂ ਦਾ ਬਹੁਤ ਵੱਡੀਆਂ ਕਰਦੇ, ਸਰਕਾਰ ਗੱਲਾਂ ਦਾ ਬਹੁਤ ਮਾਰਦੇ ਪਰ ਸੁਧਾਰ ਨਹੀਂ, ਜ਼ਿਮੀਦਾਰ ਨਹੀਂ ਹੁੰਦਾ। ਜ਼ਿਮੀਦਾਰ ਤਾਂ ਮਰਿਆ ਪਿਆ ਬਸੋਂ ਇਸ ਟਾਈਮ, ਅੰਨ ਸਰਦੇ ਨੂੰ ਕੰਮ ਕਰ ਰਿਹਾ ਇਹ, ਕਿਵੇਂ ਹੋਰ ਤਾਂ ਅਸੀਂ ਕਰ ਨਹੀਂ ਸਕਦੇ, ਸੁਨਿਆਰੇ ਕਿਵੇਂ ਬਣ ਜਾਂਗੇ? ਅਸੀਂ ਖੇਤੀ ਕਰਦੇ ਹਾਂ, ਸਬਜ਼ੀ ਦਾ ਕੰਮ ਕਰਦੇ ਹਾਂ, ਮੁੜ ਤੋਂ ਹੀ ਲੈ ਕੇ ਖੇਤੀ ਕਰਾਂਗੇ, ਅਤੇ ਹੁਣ ਕਿਵੇਂ ਅਸੀਂ ਸੁਨਿਆਰੇ ਬਣ ਜਾਈਏ, ਦੁਕਾਨ ਕਿਵੇਂ ਪਾ ਲਈਏ, ਅਸੀਂ ਇਹੀ ਕੰਮ ਕਰਾਂਗੇ। ਹੁਣ ਜੇ ਪੱਲਿਓਂ ਪੈਸੇ ਪਾ ਕੇ ਆਹ ਕੰਮ ਕਰ ਰਹੇ ਹੋ ਤਾਂ ਘਰ ਲਈ ਕਿੰਨਾ ਕੁ ਗੁਜ਼ਾਰਾ ਕਿਵੇਂ ਹੋ ਰਿਹਾ? ਸੇਵਿੰਗਸ ਤਾਂ ਦੂਰ ਦੀ ਪਾਸ ਕਰਦੇ ਹਾਂ ਬਸ, ਹੁਣ ਕੀ ਕਰੀਏ? ਹੁਣ ਆਹ ਮੀਂਹ ਦੇ ਵਿੱਚ ਹੁਣ ਮਰੇ ਪਏ ਹਾਂ, ਹੁਣ 3-3 ਦਿਹਾੜੀ ਲੈ ਗਏ ਹਾਂ, 2 ਬੋਤਲਾਂ ਦਾਰੂ ਦੀਆਂ ਪਲਾਤੀਆਂ ਉਹਨਾਂ ਨੂੰ। ਲੋਕ ਕਹਿੰਦੇ ਕਿ ਬਰਸਾਤ ਕਿਸਾਨਾਂ ਵਾਸਤੇ ਵਧੀਆ ਹੈ, ਹੁਣ ਮੈਟਰੋਲੋਜੀ ਡਿਪਾਰਟਮੈਂਟ ਨਾਲ ਗੱਲ ਕਰਕੇ ਆਏ ਹੋ, ਕਹਿ ਰਹੇ ਕਿ ਕਿਸਾਨਾਂ ਵਾਸਤੇ ਲਾਹੇਵੰਦ ਹੈ। ਚਲੋ ਵਧੀਆ ਤਾਂ ਹੈਗੇ, ਰਾਤ ਜਿਹੜੇ ਬਰਫ਼ ਪਈ ਹੈ, ਗੜੇ ਪਏ, ਉਹ ਸਾਰੇ ਮਟਰ ਮੇਰੇ ਲੱਗੇ ਆ ਤੇ ਮਟਰ ਸਾਰੇ ਮਰ ਗਏ ਆ, ਉਹ ਜ਼ਿੰਮੇਵਾਰ ਕਿੱਥੇ ਜਾਊਗਾ? ਮਟਰ ਸਾਰੇ ਮਰ ਗਏ ਆ, ਬਰਸਾਤ ਨਾਲ ਗੜੇ ਵੀ ਪੈਂਦੇ ਨਾ, ਬਰਫ਼ ਪੈਂਦੀ ਆ, ਉਹ ਐਡੇ ਐਡੇ ਗੜੇ ਪਏ ਰਾਤ ਪੈ ਜਾਣ, ਉਹ ਜ਼ਿੰਮੇਵਾਰ ਕਿੱਥੇ ਜਾਊਗਾ? ਹੁਣ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ? ਮੰਗ ਹੁਣ ਕੀ ਕਰੀਏ ਜੀ? ਹੁਣ ਕੀ ਗੌਰਮੈਂਟ ਦੇ ਦੇਣਾ, ਨਹੀਂ ਦੇਣਾ ਕੁਛ, ਕੁਛ ਨਹੀਂ ਦੇ ਗੌਰਮੈਂਟ। ਪਰ ਕਿਸਾਨਾਂ ਦੇ ਲਈ ਗੱਲਾਂ ਤਾਂ ਬਹੁਤ ਵੱਡੀਆਂ ਹੋ ਰਹੀਆਂ ਪ੍ਰਸ਼ਾਸਨ ਵੱਲੋਂ ਕਿ ਕਿਸਾਨਾਂ ਦੇ ਹੱਕ, ਕਿਸਾਨਾਂ ਦੇ ਨਾਲ ਖੜੇ ਹਾਂ, ਕਿਸਾਨਾਂ ਦੀ ਹਰ ਜ਼ਰੂਰਤ ਸੁਣੀ ਜਾਏਗੀ, ਹਰ ਸਹਾਇਤਾ ਕੀਤੀ ਜਾਏਗੀ। ਸੁਣਵਾਈ ਹੈ ਨਹੀਂ ਕਿਸਾਨ ਦੀ, ਕਿਸੇ ਦੀ ਸੁਣਵਾਈ ਹੈ ਨਹੀਂ ਗੀ। ਗੱਲਾਂ ਬਹੁਤ ਮਾਰਦੇ, ਜਦੋਂ ਵੋਟਾਂ ਬਣਦੀਆਂ ਉਦੋਂ ਸੁਣਵਾਈ ਬਹੁਤ ਹੁੰਦੀ ਹੈ, ਅਤੇ ਬਾਅਦ 'ਚ ਨਹੀਂ ਸੁਣਵਾਈ ਹੁੰਦੀ ਜਦੋਂ ਵੋਟਾਂ ਬਣ ਜਾਂਦੇ। ਬੱਚੇ ਕਿੰਨੇ ਨੇ ਤੁਹਾਡੇ? ਮੇਰੇ 4 ਬੱਚੇ ਆ। ਖਰਚਾ ਕਿਵੇਂ ਚਲਾ ਰਹੇ ਹੋ 4 ਬੱਚਿਆਂ ਦਾ? ਕੀ ਕਰੀਏ ਹੁਣ, ਖਰਚਾ ਦਾ ਟਾਈਮ ਪਾਸ ਕਰਨਾ ਹੀ ਹੈ। ਹੁਣ ਉੱਥੋਂ ਲਿਆ, ਬੈਂਕ ਤੋਂ ਲਿਆਂਦਾ, ਕਿੱਥੋਂ ਲਿਆਂਦੇ ਕਿ ਭਰਾ ਤੋਂ ਮੰਗ ਲਏ, 500 ਮੰਗ ਲਿਆ, 1000 ਮੰਗ ਲਿਆ, ਐਂ ਟਾਈਮ ਸਾਰਦੇ, ਹੋਰ ਕੀ ਆ। ਕੁੜੀਆਂ ਵੀ ਨੇ ਤੁਹਾਡੀਆਂ? ਹਾਂਜੀ, ਕੁੜੀਆਂ 3 ਸੀਗੀਆਂ ਵਿਆਹਤੀਆਂ। ਵਿਆਹ ਕਿਵੇਂ ਕੀਤੇ? ਕਰਜ਼ਾ ਚੁੱਕੇ ਆ? ਕਰਜ਼ਾ ਚੱਕ ਕੇ ਕਰਨਾ ਸੀ, ਕਰਜ਼ਾ ਚੱਕ ਕੇ ਕਰਨਾ ਸੀ ਵਿਆਹ ਤਾਂ। ਅਤੇ ਜੇ ਪੱਲਿਓਂ ਪੈਸੇ ਪਾ ਕੇ ਰੋਜ਼ ਦਾ ਕੰਮ ਇੱਦਾਂ ਗੱਡੀ ਚਲਾ ਰਹੇ ਹੋ ਤਾਂ ਫਿਰ ਕਰਜ਼ਾ ਉਤਾਰੋਗੇ ਕਿਵੇਂ? ਵੇ ਹੁਣ ਕਿਵੇਂ ਉਤਾਰੀਏ ਜੀ? ਹੁਣ ਹੋਰ ਕੰਮ ਚਲਾ ਨਹੀਂ ਸਕਦੇ, ਹੁਣ ਕੀ ਕਰਦੇ ਹੋ? ਦਿਹਾੜੀ ਜਾਂਦੇ ਤਾਂ ਮਰਦੇ ਹਾਂ, ਦਿਹਾੜੀ ਜਾ ਕੇ ਕੰਮ ਕੀ ਕਰਾਂਗੇ ਅਸੀਂ? ਉੱਥੇ ਮੀਂਹ ਪੈਂਦਾ, ਨਾਲੇ ਦਿਹਾੜੀ ਵਾਲੇ ਕੰਮ ਹੀ ਰਹਿ ਗਿਆ, ਹੁਣ ਜਿਹੜਾ ਕੰਮ ਚਲਾਇਆ ਹੈ ਉਹੀ ਚਲਾਵਾਂਗੇ। ਹੁਣ ਇਹੀ ਸੋਚਦੇ ਹਾਂ ਵੀ ਕਦੇ ਨਾ ਕਦੇ ਫਾਇਦਾ ਹੋਵੇ, ਪਰ ਫਾਇਦਾ ਨਹੀਂ ਹੋ ਰਿਹਾ, ਬਸ ਇਹੀ ਗੱਲ ਤੋਂ ਲੈ ਕੇ ਅਸੀਂ ਕਰਜ਼ਾ ਮਾਫ਼ ਕਰਾਂਗੇ। ਹੱਲ ਤਾਂ ਨਹੀਂ ਕਰਿਆ ਮੋਦੀ ਨੇ, 2 ਲੱਖ ਮੇਰਾ ਉੱਦਾਂ ਹੀ ਖੜ੍ਹਾ ਹੋਇਆ ਬੈਂਕ ਦੇ ਵਿੱਚ, ਨਾ ਮੈਂ ਉਹ ਵਿਆਜਤਾ ਨਾ ਹੋਰ ਕੁਛ ਕਰਿਆ। ਮੋਦੀ ਕਹਿੰਦਾ ਸੀ ਮੈਂ ਪੈਸੇ ਤਾਂ ਮੈਂ ਮਾਫ਼ ਕਰ ਦੂੰ, ਫਲਾਣਾ ਕਰ ਦੂੰ, ਉਹ ਕਰ ਦੂੰ, ਜੋ ਕਰ, ਕੁਛ ਨਹੀਂ ਕਰਿਆ। ਮੋਦੀ ਸਾਹਿਬ ਚੰਗੇ ਦਿਨਾਂ ਦੀ ਗੱਲ ਹਮੇਸ਼ਾ ਕਰਦੇ ਨੇ, ਅੱਛੇ ਦਿਨ ਆਏਗੇ, ਤੁਹਾਨੂੰ ਲੱਗਦਾ ਆਏ ਨੇ? ਵੀ ਆਏ ਤਾਂ ਹੈ ਨਹੀਂ, ਹਜੇ ਸਾਡਾ ਮਾਫ਼ ਹੋ ਜਾ ਕਰਦਾ। ਅਸੀਂ ਤਾਂ ਕਹਿੰਦੇ ਅੱਜ ਹੀ ਮੋਦੀ ਸਰ ਚੰਗਾ ਵਧੀਆ ਕਰਜ਼ਾ ਤਾਂ ਮਾਫ਼ ਕਰਿਆ ਜੀ ਉਹਨੇ।
ਮੋਦੀ ਨੂੰ ਕਿਵੇਂ ਚੰਗਾ ਕਹਿ ਦੇਣਗੇ ਅਸੀਂ? ਬੈਂਕ ਵਾਲੇ ਸਾਡੇ ਸੁਨੇਹਾ ਭੇਜਦੇ, ਸਾਡੇ ਵੀ ਉਹ ਕਰਜ਼ਾ ਉਤਾਰ ਕੇ ਆਓ, 2 ਲੱਖ ਰਹਿੰਦਾ ਉਹ ਕਹਿੰਦੇ ਦਿਓ ਉਹਨੂੰ। ਇਹ ਸੱਚਾਈ ਹੈ, ਇਹ ਜ਼ਮੀਨੀ ਹਕੀਕਤ ਹੈ, ਇਹ ਸਾਡੇ ਦੇਸ਼ ਦੇ ਅੰਨਦਾਤਾ ਦਾ ਹਾਲ ਹੈ ਜਿਹੜਾ ਕਰਜ਼ਾ ਚੁੱਕ ਕੇ ਆਪਣਾ ਗੁਜ਼ਾਰਾ ਕਰ ਰਿਹਾ, ਪੱਲਿਓਂ ਪੈਸੇ ਪਾ ਕੇ। ਜਿਸ ਤਰ੍ਹਾਂ ਤੁਸੀਂ ਟਰਾਲਾ ਦੇਖ ਰਹੇ ਹੋ ਜਿਹੜਾ ਗੋਭੀ ਨਾਲ ਪਿੱਛੇ ਲੱਦਿਆ ਹੋਇਆ, 7-8 ਕੁਇੰਟਲ ਦੱਸੀ ਜਾ ਰਹੀ ਹੈ, ਇਸਦਾ ਇੰਨਾ ਮੁਨਾਫਾ ਨਹੀਂ ਹੋਣਾ ਇਹਨਾਂ ਨੂੰ, ਉਲਟਾ ਪੱਲਿਓਂ ਪੈਸੇ ਪੈ ਰਹੇ ਨੇ, ਉੱਤੋਂ ਕਰਜ਼ਾ ਚੱਕ ਚੱਕ ਕੇ ਇਹਨਾਂ ਨੇ ਬੱਚੇ ਵਿਆਹੇ ਨੇ। ਕਰਜ਼ਾ ਉਤਾਰਨਾ ਕਿਵੇਂ ਹੈ ਇਹ ਤਾਂ ਹਲੇ ਗੱਲ ਬੜੀ ਦੂਰ ਦੀ ਹੈ, ਰੋਜ਼ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਿਆ, ਇਹ ਅੰਨਦਾਤਾ ਦਾ ਹਾਲ ਹੈ ਸਾਡੇ ਦੇਸ਼ ਦੇ। ਪ੍ਰਸ਼ਾਸਨ ਗੂੜੀ ਨੀਂਦ ਸੁੱਤਾ ਪਿਆ, ਉਮੀਦ ਕਰਦੇ ਹਾਂ ਕਿ ਇਹ ਦੇਖਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਜ਼ਰੂਰ ਆਏਗਾ। ਕੈਮਰਾ ਪਰਸਨ ਗਗਨ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਪਿੰਡ ਬਾਰਨਹਾੜਾ, ਲੁਧਿਆਣਾ। ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93-978-93-978।